ਕੀ ਕਰਾ ਰਹੀ ਆ ਕੁੱਤਿਆਂ ਨਾਲ ਫੋਟੋ ਲਵਾ ਰਹੀ ਆ ਮੇਰੀ ਸ਼ਹਿਨਾਜ਼ ਗਿੱਲ ਜੱਟ ਵੀ ਲਾਈਕ ਆ ਦੇਖੋ ਮੰਜੇ ਤੇ ਪਤਾ ਨਹੀਂ ਕੀ ਕੰਮ ਲੋਟ ਨਹੀਂ ਵਟ ਇਜ਼ ਦਿਸ ਆ ਕੀ ਕਰਾ ਰਹੀ ਆ ਜੋ ਐਡੀ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਦੇਸੀ ਤੜਕੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅਤੇ ਮੈਂ ਤੁਹਾਡਾ ਆਪਣਾ ਹੋਸਟ ਮੋਹਿਤ ਅਤੇ ਜੋ ਗੱਲ ਦਿਲੋਂ ਕਰਦਾ ਅਤੇ ਬਾਕੀ ਤੁਹਾਡੇ 'ਤੇ ਛੱਡਦਾ ਅਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਕਈ ਦਿਨਾਂ ਤੋਂ ਕਹਿ ਲਓ ਕਿ ਹਿਮਾਂਸ਼ੀ ਖੁਰਾਨਾ ਅਤੇ ਸ਼ਹਿਨਾਜ਼ ਕੌਰ ਗਿੱਲ ਦਾ ਮੁੱਦਾ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਪੜਕਿਆ ਹੋਇਆ ਇਹ ਮੁੱਦਾ ਕਹਿ ਲਓ ਕਿ ਅੱਜ ਇੰਨਾ ਕੁ ਜ਼ਿਆਦਾ ਅੱਗ ਵਾਂਗ ਵਾਇਰਲ ਹੋ ਗਿਆ ਕਿਉਂਕਿ ਜਦੋਂ ਸ਼ਹਿਨਾਜ਼ ਕੌਰ ਗਿੱਲ ਇੰਸਟਾਗ੍ਰਾਮ 'ਤੇ ਨਾਮੀ ਪੇਜਾਂ ਨਾਲ ਲਾਈਵ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਹਿਮਾਂਸ਼ੀ ਖੁਰਾਨਾ ਦੀ ਰੱਜ ਕੇ ਮੰਜੀ ਠੋਕੀ ਅਤੇ ਇਸੇ ਤਰ੍ਹਾਂ ਹਿਮਾਂਸ਼ੀ ਖੁਰਾਨਾ ਨੂੰ ਗੁੱਸਾ ਆ ਗਿਆ ਅਤੇ ਹਿਮਾਂਸ਼ੀ ਖੁਰਾਨਾ ਨੇ ਅੱਜ ਸਵੇਰੇ ਹੀ ਲਾਈਵ ਹੋ ਕੇ ਸ਼ਹਿਨਾਜ਼ ਕੌਰ ਗਿੱਲ ਦੀਆਂ ਪੋਲਾਂ ਖੋਲ ਦਿੱਤੀਆਂ ਅਤੇ ਫਿਰ ਉਸ ਤੋਂ ਬਾਅਦ ਕਹਿ ਲਓ ਕਿ ਸ਼ਹਿਨਾਜ਼ ਕੌਰ ਗਿੱਲ ਵੀ ਕਿੱਥੇ ਚੁੱਪ ਬੈਠਣ ਵਾਲੀ ਸੀ ਅਤੇ ਸ਼ਹਿਨਾਜ਼ ਕੌਰ ਗਿੱਲ ਵੀ ਹੁਣੇ ਹੁਣੇ ਲਾਈਵ ਹੋਈ ਅਤੇ ਹੁਣੇ ਹੁਣੇ ਲਾਈਵ ਦੇ ਵਿੱਚ ਕਹਿ ਲਓ ਕਿ ਉਸਨੇ ਹਿਮਾਂਸ਼ੀ ਖੁਰਾਨਾ ਨੂੰ ਕਰਾਰਾ ਜਵਾਬ ਦਿੰਦੇ ਆ ਉਹਨਾਂ ਦੀ ਰੱਜ ਕੇ ਮੰਜੀ ਠੋਕੀ ਅਤੇ ਜਿੰਨੇ ਵੀ ਇਹਨਾਂ ਦੇ ਕੱਟੜ ਫੈਨ ਨੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦੇਣਾ ਕਿ ਤੁਹਾਡੇ ਹਿਸਾਬ ਦੇ ਨਾਲ ਕੌਣ ਸਹੀ ਹੈ ਜਾਂ ਫਿਰ ਕੌਣ ਗਲਤ ਅਤੇ ਨਾਲ ਇੰਡਸਟਰੀ ਸਭ ਤੋਂ ਤੇਜ਼ ਪਿੜ ਪਾਉਣ ਵਾਸਤੇ ਅੱਜ ਹੀ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਹੁਣ ਆਪਾਂ ਵੀਡੀਓ ਦੇ ਵੱਲ ਅੱਗੇ ਵੱਧਦੇ ਹਾਂ ਕਿ ਸਾਰਿਆਂ ਨਾਲ ਠੀਕ ਆ ਮੈਂ ਇੱਕ ਹਾਂ ਮੈਂ ਇੱਕ ਕਲਿੱਪ ਆਈ ਸੀਗੀ ਕਿ ਹਾਂ ਯੇ ਵੋ ਹਾਂ ਮੈਂ ਉਹਦਾ ਥੋੜ੍ਹਾ ਜਿਹਾ ਲਾਈਕ ਮਜ਼ਾਕ ਉਡਾਤਾ ਕਿ ਆਈ ਲਾਈਕ ਇਟ ਯੇ ਵੋ ਮੈਂ ਹਾਂ ਥੋੜ੍ਹਾ ਜਿਹਾ ਕੀਤਾ ਰਾਈਟ ਉਹਦੇ 'ਚ ਕਿੱਡੀ ਕੁ ਵੱਡੀ ਗੱਲ ਆ ਜੇ ਆਪਾਂ ਕਿਸੇ ਦੇ ਗਾਣੇ ਨੂੰ ਨਹੀਂ ਪਸੰਦ ਕਰ ਰਹੇ ਅੱਗਿਓਂ ਉਹਨੇ ਕੀ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਉਹਨੂੰ ਮੈਂਟਲੀ ਡਿਸਟਰਬ ਨਹੀਂ ਸੀ ਕੀਤਾ ਮੈਂ ਉਹਨੂੰ ਮੈਂਟਲੀ ਹਰਟ ਨਹੀਂ ਸੀ ਕੀਤਾ ਬਿਲਕੁਲ ਵੀ ਉਹ ਕੁੜੀ ਇੱਦਾਂ ਇੱਦਾਂ ਅਤੇ ਫਿਰ ਜੇ ਇੰਨੀ ਅਤੇ ਇਹਦੀ ਫੋਟੋ ਕਿਉਂ ਲੀਕ ਕਰਵਾਈ ਐਡੀ ਦੀ ਆ ਕਿੰਨੀ ਗੰਦੀ ਫੋਟੋ ਆ ਐਂਡ ਇਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿਹਦੇ ਫੋਨ 'ਚ ਹੀ ਰਾਜਨ ਪੱਸੀ ਦੇ ਫੋਨ 'ਚ ਸੀਗੀ ਇਹ ਫੋਟੋ ਉਹਦਾ ਲੀਕ ਕਰਵਾਉਣ ਦਾ ਕੋਈ ਮਤਲਬ ਸੀਗਾ ਮੈਂਟਲੀ ਹਰਟ ਕੀਤਾ ਉਹਨੇ ਸਾਰਿਆਂ ਨੂੰ ਠੀਕ ਆ ਸਾਡੇ ਘਰਦਿਆਂ ਨੇ ਸਾਨੂੰ ਇੰਨੀ ਕੁ ਮੱਤ ਦਿੱਤੀ ਹੋਈ ਆ ਕਿ ਅਸੀਂ ਜੇ ਕਿਸੇ ਬਾਰੇ ਬੋਲਦੇ ਵੀ ਆ ਨਾ ਬਟ ਅਸੀਂ ਕਿਸੇ ਨੂੰ ਮੈਂਟਲੀ ਕਦੀ ਹਰਟ ਨਹੀਂ ਕੀਤਾ ਤੁਸੀਂ ਤਾਂ ਬਹੁਤ ਗੰਦਾ ਬੋਲ ਕਰਨ ਨੂੰ ਕੌਣ ਨਹੀਂ ਕਿਹਦੇ ਕੋਲ ਪਾਵਰ ਨਹੀਂ ਹੈਗੀ ਅੱਜ ਕੱਲ੍ਹ ਕੌਣ ਨਹੀਂ ਕੀ ਕਰਾ ਸਕਦਾ ਸਾਰੇ ਕਰਾ ਸਕਦੇ ਆ ਬਟ ਅਸੀਂ ਤਾਂ ਇੱਦਾਂ ਦਾ ਕੁਛ ਕੀਤਾ ਹੀ ਨਹੀਂ ਉਹਨੇ ਆਪਦੀ ਔਕਾਤ ਦਿਖਾਤੀ ਐਂਡ ਮੈਂ ਔਕਾਤ ਕਦੋਂ ਦਿਖਾਈ ਆ ਉਹਦੀ ਵੀਡੀਓ ਤੋਂ ਬਾਅਦ ਪਹਿਲਾਂ ਮੈਂ ਜੱਟ ਦੇਖਿਆ ਐਂਡ ਮੈਂ ਉਦੋਂ ਜੱਟ ਵੀ ਲਾਈਕ ਵਾਲੇ ਨੂੰ ਫੋਲੋ ਵੀ ਕੀਤਾ ਐਂਡ ਮੈਂ ਇਹਨੂੰ ਇਹ ਦਿਖਾਉਣਾ ਚਾਹਿਆ ਕਿ ਲਾਈਕ ਜੇ ਤੈਨੂੰ ਸਪੋਰਟ ਕਰਦੇ ਆ ਤਾਂ ਮੈਨੂੰ ਵੀ ਕਰਦੇ ਆ ਮੈਂ ਅੱਜ ਤੱਕ ਸਹੁੰ ਲੱਗੇ ਮਹਾਰਾਜ ਦੀ ਕਿ ਮੈਂ ਅੱਜ ਤੱਕ ਕਿਸੇ ਨੂੰ ਫਿਜ਼ੀਕਲੀ ਹਰਟ ਨਹੀਂ ਕੀਤਾ ਚੱਲ ਠੀਕ ਆ ਡਨ ਤੂੰ ਕਹਿੰਦੀ ਆ ਕਿ ਰਾਜਨ ਕੋਲ ਮੇਰਾ ਬਹੁਤ ਕੁਛ ਪਿਆ ਵਾ ਰਾਜਨ ਕੋਲ ਮੇਰੀਆਂ ਰਿਕਾਰਡਿੰਗਸ ਪਈਆਂ ਵਾ ਠੀਕ ਆ ਜੇ ਤੁਸੀਂ ਮੈਂ ਤੁਹਾਨੂੰ ਗੱਲ ਕਲੀਅਰ ਕਰਨਾ ਚਾਹੁੰਦੀ ਆਪਦਾ ਭੇਤ ਆਪਦੇ ਸਕੇ ਨੂੰ ਵੀ ਨਾ ਦਿਓ ਕਿਉਂਕਿ ਇੱਥੇ ਪਤਾ ਕੀ ਰੂਲ ਆ ਜੇ ਤੁਸੀਂ ਆਪਦਾ ਭੇਤ ਦੇ ਦਿੰਦੇ ਹੋ ਨਾ ਉਹ ਮਜ਼ਾਕ ਬਣ ਜਾਂਦਾ ਹੁਣ ਰਾਜਨ ਪਸੀ ਮੇਰੇ ਨਾਲ ਉੱਠਿਆ ਬੈਠਿਆ ਉਹ ਚੀਜ਼ ਦਾ ਹਮੇਸ਼ਾ ਮਜ਼ਾਕ ਹੀ ਬਣੂਗਾ ਐਂਡ ਮੈਂ ਉਹਦੇ ਨਾਲ ਇੰਨੀ ਕੁ ਵਧੀਆ ਸੀ ਰਾਜਨ ਨਾਲ ਨਾ ਐਂਡ ਉਹਨੇ ਬਹੁਤ ਬਕਵਾਸ ਕੀਤੀ ਆ ਮੇਰੇ ਬਾਰੇ ਉਹਨੇ ਇਹ ਕਿਹਾ ਵੀ ਮੈਂ ਸ਼ੂਟ ਤੇ ਗਈ ਹੋਟਲ ਚ ਐਨ ਇੰਨੇ ਮੈਨੂੰ ਕਢਵਾਇਆ ਇੰਨੇ ਗਰੀਬ ਨੇ ਆਪਣੇ ਘਰੇ ਰੱਖਿਆ ਹੈ ਤੇ ਏਦਾਂ ਏਦਾਂ ਗੱਲਾਂ ਕੀਤੀਆਂ ਏਦਾਂ ਦਾ ਕੁਛ ਨਹੀਂ ਸੀ ਹੋਇਆ ਮੈਂ ਇੱਕ ਮੂਵੀ ਸ਼ੂਟ ਤੇ ਗਈ ਸੀਗੀ ਐਨ ਮੇਰੇ ਆਪਣਿਆਂ ਦੇ ਮੂਵੀ ਸ਼ੂਟ ਤੇ ਗਈ ਸੀ ਐਨ ਮੈਂ ਕੀਤੀ ਆ ਮੇਰੇ ਘਰਦਿਆਂ ਬਾਰੇ ਬੋਲੀ ਆ ਇਹ ਠੀਕ ਆ ਮੇਰੇ ਕਰੈਕਟਰ ਤੇ ਇੰਨੇ ਉਂਗਲ ਉਠਾਈ ਆ ਕਹਿੰਦੀ ਆ ਵੀ ਮੈਂ ਇਹਨੂੰ ਸੜਕ ਤੋਂ ਚੱਕਿਆ ਸੀਰੀਅਸਲੀ ਤੂੰ ਮੈਨੂੰ ਸੜਕ ਤੋਂ ਚੱਕਿਆ ਇਹ ਸੜਕ ਤੋਂ ਚੱਕ ਕੇ ਲਿਆਈ ਸੀ ਐਡਾ ਤਾਂ ਲਾਈਕ ਐਡੀ ਗੱਲਬਾਤ ਨਹੀਂ ਹੈਗੀ ਕਿਸੇ ਚ ਵੀ ਜਿੰਨੀ ਇਹ ਮਤਲਬ ਕੁਛ ਨਹੀਂ ਕਰਾ ਰਹੀ ਇਹ ਨਾ ਹੀ ਮੇਰਾ ਜ਼ਮੀਰ ਮੰਨਦਾ ਤੇ ਨਾ ਹੀ ਮੈਂ ਕਦੀ ਇਹੋ ਜਿਹੇ ਕੰਮ ਕੀਤੇ ਆ ਠੀਕ ਆ ਸੋ ਮੈਂ ਇੱਕੋ ਗੱਲ ਕਹੂੰਗੀ ਕਿ ਚਲੋ ਵਧੀਆ ਤੁਸੀਂ ਸਿੰਪਥੀ ਗੇਨ ਕੀਤੀ ਲੋਕਾਂ ਤੋਂ ਬਹੁਤ ਵਧੀਆ ਗੱਲ ਆ ਬਟ ਮੈਨੂੰ ਮੈਂ ਚੁੱਪ ਕਰ ਗਈ ਸੀ ਪਰ ਮੈਂ ਉਦੋਂ ਬੋਲਣਾ ਸ਼ੁਰੂ ਕੀਤਾ ਜਦੋਂ ਐਡੀ ਦੀ ਗੰਦੀ ਫੋਟੋ ਪਾਈ ਆ ਤੁਸੀਂ ਜਦੋਂ ਗੱਲ ਕਹੂੰਗੀ ਇਹ ਕੁੜੀ ਨੇ ਜਦੋਂ ਮੇਰੇ ਬਾਰੇ ਬੋਲੀ ਆ ਠੀਕ ਆ ਮੈਂ ਉਦੋਂ ਉਹਦੇ ਚੀਜ਼ਾਂ ਦੇ ਰਿਪਲਾਈ ਕੀਤੇ ਆ ਸਨੈਪਚੈਟ ਤੇ ਮੈਂ ਬਿਲਕੁਲ ਵੀ ਮੈਂਟਲੀ
ਇਹਨੂੰ ਟੋਰਚਰ ਨਹੀਂ ਕੀਤਾ, ਹਰਟ ਨਹੀਂ ਕੀਤਾ, ਕਿਉਂਕਿ ਅਸੀਂ ਇੱਦਾਂ ਦੇ ਨਹੀਂ ਆ। ਇਹਦੇ ਘਰਦਿਆਂ ਨੇ ਪਤਾ ਨਹੀਂ ਕਰੇ ਕਾਹਤੋਂ ਭੇਜੂਗੇ ਤੁਸੀਂ, ਤੁਹਾਡੇ ਤੋਂ ਕੀ ਪਰੂਫ ਆ, ਪੁਲਿਸ ਭੇਜੂਗੇ ਵੀ ਇਹਦੀਆਂ ਸਾਡੇ ਕੋਲ ਰਿਕਾਰਡਿੰਗਾਂ ਪਈਆਂ ਵਾ। ਇਸ ਕਰਕੇ ਸੋਸ਼ਲ ਮੀਡੀਆ ਇਜ਼ ਓਪਨ ਫੋਰ ਐਵਰੀ ਵਨ, ਠੀਕ ਆ, ਮੰਨਦੇ ਆ, ਬਟ ਇੰਨਾ ਜ਼ਿਆਦਾ ਨਾ ਟੋਰਚਰ ਕਰੋ ਕਿ ਲਾਈਕ ਰਾਜਨ ਨੇ ਤੇਰੇ ਬਾਰੇ ਐ ਬੋਲਿਆ। ਉਹ ਗੱਲਾਂ ਸਿਰਫ ਰਾਜਨ ਨੂੰ ਪਤਾ ਸੀਗਾ, ਰਾਜਨ ਇੱਕ ਸਿਰਫ ਰਾਜਨ ਕੋ ਮੇਰਾ ਸਭ ਕੁਛ ਸੀਗਾ, ਮਤਲਬ ਮੇਰੀਆਂ ਗੱਲਾਂ, ਮੈਂ ਜਿਹੜੀ ਵੀ ਗੱਲ ਕਰਨੀ ਉਹਦੇ ਨਾਲ ਕਰਨੀ, ਜੇ ਕੁਛ ਪੁੱਛ ਕੇ ਕਰਨਾ ਕਰਨਾ, ਮਤਲਬ ਮੈਂ ਰਾਜਨ ਦੇ ਬਿਨਾਂ ਲਾਈਕ ਕੋਈ ਵੀ ਜੇ ਮੈਨੂੰ ਦੁੱਖ ਸੁੱਖ ਮੈਂ ਉਹਨੂੰ ਫੋਨ ਕਰਨਾ, ਰਾਈਟ। ਬਟ ਮੈਨੂੰ ਨਹੀਂ ਸੀ ਪਤਾ ਵੀ ਇਹ ਚੀਜ਼ ਦਾ ਫਾਇਦਾ ਚੱਕਿਆ ਜਾਊਗਾ ਸੀਰੀਅਸਲੀ। ਚਲੋ ਕੋਈ ਚੱਕਰ ਨਹੀਂ, ਡਰਦੀ ਨਹੀਂ ਮੈਂ ਕਿਸੇ ਤੋਂ, ਪਰ ਆਹ ਚੀਜ਼ ਹਮੇਸ਼ਾ ਯਾਦ ਰਹੂਗੀ ਵੀ ਇੱਕ ਚੀਜ਼ ਅੱਜ ਪਰੂਫ ਹੋ ਗਈ ਕਿ ਕਿਸੇ ਤੇ ਇੰਨਾ ਭਰੋਸਾ ਨਾ ਕਰੋ, ਚਾਹੇ ਕੋਈ ਤੁਹਾਡਾ ਆਪਣਾ ਵੀ ਆ ਨਾ, ਉਹਨੂੰ ਆਪਦਾ ਇੰਨਾ ਭੇਤ ਨਾ ਦਿਓ, ਉਹਨਾਂ ਕੋਈ ਦੁੱਖ ਸੁੱਖ ਨਾ ਸ਼ੇਅਰ ਕਰੋ ਕਿ ਕੱਲ ਆ ਮੈਂ ਥੋੜਾ ਜਿਹਾ ਮਜ਼ਾਕ ਉਡਾ ਦਿੱਤਾ ਉਹਦਾ, ਹੈ ਨਾ, ਉਹਦੇ ਗਾਣੇ ਨੂੰ ਲੈ ਕੇ। ਇਹਦਾ ਮਤਲਬ ਇਹ ਨਹੀਂ ਤੂੰ ਵੀ ਮੈਨੂੰ ਉਦਾਂ ਦਾ